ਤਸਵੀਰਾਂ ਉੱਤਰਾਖੰਡ ਦੀਆਂ ਨੇ ਜਿੱਥੇ ਇੱਕ ਕਾਰ ਹਾ사 ਗ੍ਰਸਤ ਹੋਈ ਹੈ ਸੈਲਾਨੀਆਂ ਦੇ ਨਾਲ ਭਰੀ ਇੱਕ ਕਾਰ ਨਹਿਰ ਦੇ ਵਿੱਚ ਡੇਗ ਗਈ ਹੈ ਜਿਸ ਦੇ ਚਲਦੇ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਲੜਕੀ ਨੂੰ ਇਸ ਘਟਨਾ ਦੇ ਵਿੱਚ ਬਚਾਇਆ ਗਿਆ ਹੈ ਜਿਕਰ ਹੋ ਗਿਆ ਹੈ ਕਿ 5 ਲੋਕਾਂ ਦੀਆਂ ਹੁਣ ਤੱਕ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਉੱਥੇ ਹੀ ਕਾਰ ਨੂੰ ਵੀ ਨਹਿਰ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਕਰ ਹੋ ਗਿਆ ਹੈ ਕਿ ਇਹ ਘਟਨਾ ਪਾਣੀ ਦੇ ਤੇਜ਼ ਬਹਾਵ ਦੇ ਚਲਦੇ ਵਾਪਰੀ ਸਵੇਰ ਦੀ ਇਸਾਰੀ ਘਟਨਾ ਹੈ ਇਸ ਦੌਰਾਨ ਸਲਾਨੀਆਂ ਦੇ ਨਾਲ ਪ੍ਰੀਕਾਰ ਨਦੀ ਦੇ ਵਿੱਚ ਡੇਗ ਗਈ ਅਤੇ 9 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਇੱਕ ਲੜਕੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਬਿਊਰੋ ਰਿਪੋਰਟ ਅੱਜ ਦੀ ਆਵਾਜ਼